ਬਸ ਥਾਪੀ ਤਾਂ ਇਕੱਲੇ ਸਿੱਧੂ ਦੀ ਸੀ। ਜਦੋਂ ਬੱਚੇ ਡਿਗਰੀ ਲੈ ਕੇ ਥਾਪੀ ਮਾਰ ਕੇ ਬਾਹਰ ਨਿਕਲਦੇ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ। ਗਰਾਊਂਡ 'ਚ ਥਾਪੀ ਵੱਜਦੇ ਆ ਉਦੋਂ ਸਾਡਾ ਮਾਣ ਨਾਲ ਸਰੁੱਚਾ ਹੁੰਦਾ, ਪਰ ਜਦੋਂ ਸਿੰਗਰ ਮਾਰਦੇ ਆ ਨਾ ਉਦੋਂ ਸਾਡਾ ਮਨ ਦੁਖੀ ਹੁੰਦਾ, ਕਿਉਂਕਿ ਜਿਉਂਦੇ ਨਾਲ ਉਹਦੇ ਨਾਲ ਕੋਈ ਵੀ ਨਹੀਂ ਖੜਿਆ। ਜਿਉਂਦੇ ਨੇ ਉਹਨਾਂ ਉਹਦੀਆਂ ਲੱਤਾਂ ਹੀ ਖਿੱਚੀਆਂ ਜਿਉਂਦੇ ਦੀਆਂ ਤਾਂ ਉਹਨਾਂ ਨੇ, ਅਤੇ ਇਹਦੇ 'ਤੇ ਸਿੰਗਰਾਂ ਦਾ ਕੋਈ ਹੱਕ ਨਹੀਂ, ਸਿਰਫ ਸਿੱਧੂ ਦਾ ਹੀ ਹੱਕ ਸੀ। ਸਿੱਧੂ ਨੇ ਥਾਪੀ ਨੂੰ ਕਿੱਥੇ ਤੱਕ ਪਹੁੰਚਾਇਆ। ਦੋ ਦਿਨ ਹੋ ਗਏ ਮੈਂ ਕਮੈਂਟ ਜਿਹਾ ਪੜ੍ਹਿਆ, ਕਹਿੰਦੇ ਸਿੱਧੂ ਦਾ ਡੈਡੀ ਤਾਂ ਕਿ ਫੇਮ ਭਾਲਦਾ, ਕਿ ਕਾਂਗਰਸ ਦਾ ਬੰਦਾ ਹੋਣ ਕਰਕੇ ਫੇਮ ਭਾਲਦਾ। ਦੇਖੋ ਕਿਸੇ ਦਾ ਨੌਜਵਾਨ ਪੁੱਤ ਮਰਿਆ ਹੋਵੇ ਤੇ ਇੱਥੇ ਵੀ ਪਾਰਟੀ ਬਾਜ਼ੀ ਕਰੂਗਾ ਉਹ ਬੰਦਾ। ਜਿਹੜਾ ਬੰਦਾ ਸਾਡੇ ਬੱਚੇ ਦੀ ਮੌਤ ਤੇ ਮਖੌਲ ਉਡਾਉਂਦਾ ਸੀਗਾ ਵੀ ਪ੍ਰਿਆ ਵਰਤਾ ਟੋਪੀ ਵਾਲਾ ਕਿੱਲਾ, ਉਹਨੂੰ ਵਕੀਲਾਂ ਦੇ ਪੈਨਲ ਦੇ ਵਿੱਚ ਸ਼ਾਮਿਲ ਕਰਤਾ, ਕੀ ਅਸੀਂ ਸੋਚਾਂਗੇ ਵੀ ਸਾਨੂੰ ਇਨਸਾਫ ਮਿਲੂਗਾ ਉੱਥੋਂ? ਲੱਗਦਾ ਸੀਗਾ ਵੀ ਪੈਂਡਲ ਮਾਰਚ ਵਾਲੇ ਦਿਨ ਕਾਫੀ ਸੰਗਤ ਇਕੱਠੀ ਹੋਈ ਸੀ ਵੀ ਅੱਜ ਐਤਵਾਰ ਕਰਕੇ ਅਸੀਂ ਵੀ ਥੋੜੇ ਜਿਹੇ ਲੇਟ ਉੱਠੇ ਵੀ ਚੱਲ ਅੱਜ ਹੋ ਸਕਦਾ ਵੀ ਥੋੜਾ ਜਿਹਾ ਇਕੱਠ ਘੱਟ ਹੋਵੇ, ਪਰ ਬੜੀ ਮਾਣ ਵਾਲੀ ਗੱਲ ਹੈ, ਖੁਸ਼ੀ ਦੀ ਗੱਲ ਹੈ ਕਿ ਤੁਹਾਡਾ ਜਿਹੜਾ ਇਕੱਠ ਹੈ ਤਿਉਂ ਜਿਉਂ ਦੀ ਤਿਉਂ ਬਰਕਰਾਰ ਹੈ। ਤੁਸੀਂ ਸਿੱਧੂ ਦਾ ਪਰਿਵਾਰ ਹੋ, ਸਾਡਾ ਪਰਿਵਾਰ ਹੋ। ਬਾਕੀ ਗੱਲ ਰਹੀ ਰਾਜੇ ਜਿਹੜੇ ਆ ਸਿੰਗਰਾਂ ਬਾਰੇ, ਆਪਾਂ ਇਹਨਾਂ ਨੂੰ ਕੁਛ ਨਹੀਂ ਬੋਲਣਾ ਸਿੰਗਰਾਂ ਨੂੰ ਕਿਸੇ ਨੂੰ, ਹੈ ਨਾ। ਕੋਈ ਕੁਛ ਕਰਦਾ, ਅਖਾੜੇ ਲਾਵੇ, ਸ਼ੋਅ ਲਾਵੇ, ਕੋਈ ਗੀਤ ਬਣਾਵੇ, ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ। ਹੁਣ ਕਹਿੰਦੇ ਹੈਗੇ ਵੀ ਸਿੱਧੂ ਨੂੰ ਟ੍ਰਿਬਿਊਟ ਨਹੀਂ ਆਹ ਨਹੀਂ ਦਿੱਤਾ ਹੈਗੀ ਵੀ ਇਹਨਾਂ ਨੇ ਦੋ ਸ਼ਬਦ ਲਿਖ ਕੇ ਨਹੀਂ ਪਾਏ। ਆਪਾਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਆਪਣਾ ਪਰਿਵਾਰ ਬਹੁਤ ਵੱਡਾ ਹੈ। ਸਿੱਧੂ ਪਹਿਲਾਂ ਵੀ ਇਕੱਲਾ ਸੀ, ਉਹਦੇ ਨਾਲ ਸਾਰਾ ਉਹਦਾ ਪਰਿਵਾਰ ਸੀ, ਸਿੱਧੂ ਹੁਣ ਵੀ ਇਕੱਲਾ ਹੀ ਹੈ, ਆਪਾਂ ਵੀ ਇਕੱਲੇ ਹਾਂ। ਆਪਾਂ ਨੂੰ ਉਹਨਾਂ ਦੀ ਸਹਿਮਤੀ ਲੈਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੈਗੀ। ਮੈਂ ਉਦੇ ਵੀ ਕਿਹਾ ਸੀ ਵੀ ਨਾ ਤਾਂ ਅਸੀਂ ਕੋਈ ਐਂ ਕਹਿੰਦੇ ਵੀ ਉਹ ਸਾਡਾ ਰਾਗ ਲਾਪੀ ਜਾਣ ਵੀ ਸਿੱਧੂ ਨੂੰ ਆਹ ਹੋ ਗਿਆ ਜੀ, ਸਿੱਧੂ ਨੂੰ ਐਂ ਹੋ ਗਿਆ ਜੀ, ਆਪਾਂ ਇਹ ਵੀ ਨਹੀਂ ਕਹਿੰਦੇ। ਪਰ ਮੈਂ ਉਦੇ ਇਹੀ ਆਖਿਆ ਸੀ ਵੀ ਸਟੇਜਾਂ ਤੇ ਜਾ ਕੇ ਉਹਦਾ ਨਾਂ ਲੈ ਕੇ ਥਾਪੀਆਂ ਨਾ ਮਾਰਨ। ਬਸ ਥਾਪੀ ਤਾਂ ਇਕੱਲੀ ਸਿੱਧੂ ਦੀ ਸੀ, ਜਾਂ ਸਾਡੀ ਕਬੱਡੀ ਜਗਤ ਦੀ ਸੀ, ਜਾਂ ਜਿਹੜੇ ਬੱਚੇ ਡਿਗਰੀਆਂ ਲੈ ਕੇ ਮਾਣ ਨਾਲ ਥਾਪੀਆਂ ਮਾਰਦੇ ਨੇ ਉਹਨਾਂ ਦੀ ਸੀ, ਤੇ ਇਹਦੇ ਤੇ ਸਿੰਗਰਾਂ ਦਾ ਕੋਈ ਹੱਕ ਨਹੀਂ, ਸਿਰਫ ਸਿੱਧੂ ਦਾ ਹੀ ਹੱਕ ਸੀ। ਸਿੱਧੂ ਨੇ ਥਾਪੀ ਨੂੰ ਕਿੱਥੇ ਤੱਕ ਪਹੁੰਚਾਇਆ। ਜਦੋਂ ਬੱਚੇ ਡਿਗਰੀ ਲੈ ਕੇ ਥਾਪੀ ਮਾਰ ਕੇ ਬਾਹਰ ਨਿਕਲਦੇ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ। ਗਰਾਊਂਡ 'ਚ ਥਾਪੀ ਵੱਜਦੇ ਆ ਉਦੋਂ ਸਾਡਾ ਮਾਣ ਨਾਲ ਸਰੁੱਚਾ ਹੁੰਦਾ, ਪਰ ਜਦੋਂ ਸਿੰਗਰ ਮਾਰਦੇ ਆ ਨਾ ਉਦੋਂ ਸਾਡਾ ਮਨ ਦੁਖੀ ਹੁੰਦਾ, ਕਿਉਂਕਿ ਜਿਉਂਦੇ ਨਾਲ ਉਹਦੇ ਨਾਲ ਕੋਈ ਵੀ ਨਹੀਂ ਖੜਿਆ। ਜਿਉਂਦੇ ਨੇ ਉਹਨਾਂ ਉਹਦੀਆਂ ਲੱਤਾਂ ਹੀ ਖਿੱਚੀਆਂ ਜਿਉਂਦੇ ਦੀਆਂ ਤਾਂ ਉਹਨਾਂ ਨੇ। ਇਹ ਜਿਹੜੇ ਹੁਣ ਫੇਸਬੁੱਕ ਤੇ ਕੁਛ ਕੁ ਵਿੱਚ ਹੈਗੇ ਆ ਛੱਡੇ ਹੋਏ, ਉਹਨਾਂ ਨੂੰ ਨਹੀਂ ਪਤਾ ਵੀ ਸਿੱਧੂ ਨਾਲ ਕੀ ਹੋਇਆ। ਉਹਨੇ 4 ਸਾਲ ਜਿਹੜੇ ਜੀਵਨ ਦੇ ਗੁਜ਼ਾਰੇ ਆਪਦੇ, ਉਹ ਜਾਂ ਤਾਂ ਸਾਨੂੰ ਮਾਂ ਪਿਓ ਨੂੰ ਪਤਾ ਹੈ ਵੀ ਉਹ ਕਿੰਨੇ ਪ੍ਰੈਸ਼ਰ ਦੇ ਵਿੱਚ ਰਹਿੰਦਾ ਸੀ, ਜਾਂ ਸਾਨੂੰ ਪਤਾ, ਸਾਨੂੰ ਪਤਾ ਹੀ ਸਾਰਿਆਂ ਨੂੰ ਪਤਾ ਸੀ ਵੀ ਇੱਕ ਗਾਣਾ ਕੱਢਦਾ ਸੀ ਉਹਦੇ 'ਚੋਂ ਹਜ਼ਾਰ ਹਜ਼ਾਰ ਟਿੱਪਣੀਆਂ ਕਰਕੇ, ਤੇ ਉਹਨੂੰ ਵਿਚਾਰੇ ਨੂੰ ਇੰਨਾ ਖੱਜਲ ਕਰਦੇ ਸੀਗੇ ਇਹ ਲੋਕ, ਤੇ ਅੱਜ ਉਹ ਸਹਿਮਤੀਆਂ ਜਿਤਾਉਂਦੇ ਫਿਰਦੇ ਨੇ। ਆਪਾਂ ਨੂੰ ਉਹਨਾਂ ਦੀ ਸਹਿਮਤੀ ਦੀ ਕੋਈ ਲੋੜ ਨਹੀਂ, ਤੁਸੀਂ ਸਾਡਾ ਪਰਿਵਾਰ ਹੈਗੇ ਹੋ, ਸਾਨੂੰ ਤੁਹਾਡੇ ਨਾਲ ਸਭ ਕੁਛ ਮਾਣ ਮਿਲਦਾ, ਸਾਨੂੰ ਹੌਸਲਾ ਮਿਲਦਾ, ਤੁਹਾਡੇ ਸਹਾਰੇ ਅਸੀਂ ਜਾਣੀ ਕਿ ਰੋਜ਼ ਦਿਨ ਭਰ ਦਿਨ ਸਾਡਾ ਫਰਕ ਪੈਂਦਾ ਵੀ ਨਹੀਂ ਸਾਡਾ ਸਿੱਧੂ ਗਿਆ ਨਹੀਂ, ਸਾਡਾ ਸਿੱਧੂ ਤਾਂ ਇੰਨਾ 'ਚ ਹੀ ਦਿਸਦਾ ਸਾਨੂੰ। ਮੈਨੂੰ ਜਦੋਂ ਘਰ ਵੱਲ ਦੇਖਦੇ ਹਾਂ ਜਾਂ ਉਹਦੇ ਢਿੱਡ ਵੱਲ ਦੇਖਦੇ ਹਾਂ ਉਦੋਂ ਤਾਂ ਸਾਨੂੰ ਲੱਗਦਾ ਹੈਗਾ ਵੀ ਸਾਡੇ ਕੋਲ ਤਾਂ ਕੁਛ ਨਹੀਂ ਰਿਹਾ, ਪਰ ਜਦੋਂ ਫਿਰ ਅਸੀਂ ਤੁਹਾਡੇ ਵੱਲ ਦੇਖਦੇ ਹਾਂ ਤੇ ਉਦੋਂ ਸਾਡਾ ਫਿਰ ਥੋੜ੍ਹਾ ਜਿਹਾ ਹੌਸਲਾ ਵੱਧਦਾ ਵੀ ਨਹੀਂ ਸਿੱਧੂ ਆਪਾਂ ਨੂੰ ਬਹੁਤ ਕੁਛ ਛੱਡ ਕੇ ਗਏ। ਵਿੱਚ ਦੋ ਦਿਨ ਹੋ ਗਏ ਮੈਂ ਕਮੈਂਟ ਜਿਹਾ ਪੜ੍ਹਿਆ, ਕਹਿੰਦੇ ਸਿੱਧੂ ਦਾ ਡੈਡੀ ਤਾਂ ਕਿ ਫੇਮ ਭਾਲਦਾ, ਕਿ ਕਾਂਗਰਸ ਦਾ ਬੰਦਾ ਹੋਣ ਕਰਕੇ ਫੇਮ ਭਾਲਦਾ। ਦੇਖੋ ਕਿਸੇ ਦਾ ਨੌਜਵਾਨ ਪੁੱਤ ਮਰਿਆ ਹੋਵੇ ਤੇ ਇੱਥੇ ਵੀ ਪਾਰਟੀ ਬਾਜ਼ੀ ਕਰੂਗਾ ਉਹ ਬੰਦਾ। ਮੈਨੂੰ ਘਿਣ ਆਉਂਦੀ ਹੈ ਇਹੋ ਜਿਹੇ ਲੋਕਾਂ ਤੇ ਜਿਹੜੇ ਏਦਾਂ ਦੇ ਕਮੈਂਟ ਕਰਦੇ ਨੇ। ਸੋ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗੀ, ਭਰਾਵੋ ਸਾਡਾ ਪੁੱਤ ਮਰਿਆ ਹੋਇਆ, ਅਸੀਂ ਫੇਮ ਨਹੀਂ ਲੈਂਦੇ, ਅਸੀਂ ਤਾਂ ਆਪਦਾ ਦੁੱਖੜਾ ਰੋਂਦੇ ਹਾਂ ਲੋਕਾਂ ਦੇ ਅੱਗੇ ਵੀ, ਸਰਕਾਰਾਂ ਅੱਗੇ ਵੀ। ਹੁਣ ਸਾਰਾ ਕੁਛ ਸਰਕਾਰਾਂ ਦੇ ਹੱਥ ਹੈ, ਉਹ ਕੁਛ ਵੀ ਕਰ ਸਕਦੇ ਨੇ, ਜੇ ਉਹ ਪੁਲਿਸ ਨੂੰ ਪਾਵਰ ਦੇਣ ਸਭ ਕੁਛ ਹੋ ਸਕਦਾ। ਉਹ ਤਾਂ ਉਹਨਾਂ ਵਾਸਤੇ ਸਿਕਿਉਰਿਟੀਆਂ ਮੰਗੀ ਜਾਂਦੇ ਨੇ। ਜਿਹੜਾ ਬੰਦਾ ਸਾਡੇ ਬੱਚੇ ਦੀ ਮੌਤ ਤੇ ਮਖੌਲ ਉਡਾਉਂਦਾ ਸੀਗਾ ਵੀ ਪ੍ਰਿਆ ਵਰਤਾ ਟੋਪੀ ਵਾਲਾ ਕਿੱਲਾ, ਉਹਨੂੰ ਵਕੀਲਾਂ ਦੇ ਪੈਨਲ ਦੇ ਵਿੱਚ ਸ਼ਾਮਿਲ ਕਰਤਾ, ਕੀ ਅਸੀਂ ਸੋਚਾਂਗੇ ਵੀ ਸਾਨੂੰ ਇਨਸਾਫ ਮਿਲੂਗਾ ਉੱਥੋਂ? ਜਿਹੜੇ ਬੰਦੇ ਨੇ ਸਾਨੂੰ ਸਿਕਿਉਰਿਟੀ ਵਾਪਸ ਲੈ ਕੇ ਸਾਡੀ ਜਨਤਕ ਕੀਤੀ, ਉਹ ਬੰਦੇ ਨੂੰ ਚੰਗਾ ਅਹੁਦਾ ਦੇ ਕੇ ਬਿਰਾਜਮਾਨ ਕਰਤਾ ਸਰਕਾਰ ਨੇ, ਸਾਨੂੰ ਨਹੀਂ ਲੱਗਦਾ ਵੀ ਕੋਈ ਇਨਸਾਫ ਮਿਲੂਗਾ। ਬਾਕੀ ਜਿੰਨਾ ਕੁ ਆਪਣੇ ਹੱਥ ਹੈ ਆਪਾਂ ਤਾਂ ਕਰੀ ਜਾਂਦੇ ਹਾਂ ਸਾਰੇ ਭੈਣ ਭਾਈ, ਤੁਸੀਂ ਕੈਂਡਲ ਮਾਰਚ 'ਚ ਵੀ ਇਕੱਠੇ ਹੋਏ, ਪਰ ਅਸੀਂ ਟਿਕਣ ਵਾਲੇ ਨਹੀਂ। ਜੇ ਸਾਨੂੰ ਨਾ ਇਨਸਾਫ ਮਿਲਿਆ ਫਿਰ ਆਪਾਂ ਕੱਲ੍ਹ ਨੂੰ ਐਦੂ ਹੋਰ ਵੱਡਾ ਉਪਰਾਲਾ ਕਰਾਂਗੇ, ਜੇ ਨਾ ਫਿਰ ਵੀ ਨਾ ਮਿਲਿਆ ਤੇ ਫਿਰ ਤਾਂ ਸਾਨੂੰ ਸੜਕਾਂ 'ਤੇ ਉਤਰਨਾ ਪਊਗਾ। ਤੇ ਵਿੱਚ ਕੋਈ ਕਹਿੰਦਾ ਸੀ, ਕਹਿੰਦਾ ਸੜਕ ਜੀ ਵਿਹਲੀ ਦੇਖ ਕੇ ਬਹਿ ਜਾਓ,
बाकी तो सड़क धरने वाले ने रोक छड़िया ने, हुण तुसीं बहिजो कोई सड़क वेली देख के भी प्लीज साढ़े दुख के दिल से सट ना मारो। असीं बहुत दुखी हाँ, जे असीं तुसीं साडा हौसला बने हो, असीं तुहानूं देख के तुहाडे कोले असीं उहदा दुख सुख रो लैंदे हाँ, पर इहदा मतलब इह नहीं हैगा भी असीं बाले स्ट्रोंग हाँ। तुसीं साडी हिम्मत हो, तुसीं उहदे कैंडल मार्च दे विच इन्ना वधिया साडा साथ दित्ता, बहुत मन नूं सकून मिलिया। लुधियाणे भी परसों सीगा, राजस्थान च भी सीगा, ते हुण रोज दी रोज बेचारे सानूं पोस्टां पाउंदे ने भी असीं भी कैंडल मार्च कर रहे हां। बहुत प्यार करन वाले हैगे आ ना जिहड़े शुभदीप नूं, सानूं माण महसूस हुंदा भी साडा शुभदीप सानूं इन्हां विचों दिसदा। तुसीं साडे ते इदां ही आपदी मेहर बना के रखियो, ते आपां जे आपां रंगला पंजाब चाहुंदे तां आपां नूं आप नूं कुछ करना पैणा। रंगला पंजाब आपां फेर बणू, हुणे तां कहिंदे ने एयरपोर्ट होर बना देंगे भी चढ़ाई जाओ जवाकां नूं बाहर, पंजाब च छड्डो ही ना कोई। मैं कहना तां नहीं चाहुंदी सी, पर जिस दिन यह आम आदमी पार्टी वाले बेचारे तीआं मना रहे सी बंदे हो के, ये तीआं बनाउणा तीज दा बना तीज बनाउणी जनानियां दा कम हुंदा ना कि बंदिआं दा, उहदे सानूं बहुत दुख हुंदा सी वी इहनां नूं किसे दे पुत दा कोई उह नहीं, इहनां इह आपदी मस्ती च लगे होए ने वी। कम से कम तुसीं पंजाब दे हालात देखो, जिद्दां दे 4-5 महीने हो गए किन्ने नौजवानां दा कतल हो गया, आपां होर किन्ने क कतल करवाई जावांगे, इह आपां नूं इनसाफ आप नूं लैणा पैणा। मेरी हाथ जोड़ के बस यही बेनती है, जिथे असीं सद्दा देवांगे साडा साथ आई दे जायो, ते सोडे सहारे नाल ही असीं चल सकदे हां, साडा कल्यां दा प्रसाद तुम्हें चल हो। ट्रस्ट बारे गल कीती सी, उह अपने पिंडां विच क्लब तां जरूर बना सकदे ने, पर प्लीज ट्रस्ट ना कोई बनाओ, ते इह साडे वल्लों हाथ जोड़ के बेनती है, क्लब बना लो शुभ दे नाम ते जिहने बुलाउणे आ, जे आपां नूं इन्ना कहिंदे ने वी आपां नूं सत्कार करदे आ शुभदीप दा, ते उह क्लब बना लो ਜਿੱਥੋਂ ਤੱਕ ਸਾਡੀ ਜਿੰਨੀ ਕੁ ਸਾਡੇ ਤੋਂ ਹੋ ਸਕੀ ਅਸੀਂ ਮਦਦ ਵੀ ਕਰਦਿਆ ਕਰਾਂਗੇ, ਪਰ ਟਰੱਸਟ ਤੋਂ ਥੋੜ੍ਹਾ ਜਿਹਾ ਉਹ ਨਾ ਕੰਮ ਕਰਿਓ ਤੁਸੀਂ।